ਇਹ ਜਿਹੜਾ ਜਵਾਕ ਆ ਜੀ ਇਹਦੇ ਮਾਪਿਓ ਕੰਦ ਟਪਾ ਕੇ ਇਹਨੂੰ ਅਮਰੀਕਾ ਲੈ ਕੇ ਆਏ ਪਰ ਕਿਤੇ ਵਿਛੜ-ਵੁਛੜ ਗਏ ਏਜੰਟ ਨੇ ਘੱਟ ਪਾਇਆ ਨੀਗਾ ਤੇ ਕੱਲਾ ਰਹਿ ਗਿਆ ਏ ਤੇ ਅਮਰੀਕਾ ਦੀ ਫੌਜ ਨੂੰ ਕਹਿੰਦਾ ਵੀ ਭਾਈ ਵੀ ਮੇਰੇ ਮਾਪਿਓ ਤਾਂ ਅਮਰੀਕਾ ਰਹਿੰਦੇ ਤੇ ਮੈਂ ਇੱਥੇ ਗਿਆ ਫਸ ਜੀ ਤੇ ਹੁਣ ਮੈਨੂੰ ਕੱਢੋ ਤੇ ਗਾਂ ਫਿਰ ਜਿਹੜੇ ਸੈਨਿਕ ਸੀਗੇ ਫੌਜ ਨੇ ਕੀ ਸਹਤਾ ਕੀਤੀ ਇਸ ਜਵਾਕ ਦੀ ਹਾਂਜੀ ਬ੍ਰਾਡਰ ਸਾਹਿਬ ਇਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਬੜੀ ਤੇਜ਼ੀ ਦੇ ਨਾਲ ਇਹ ਬਾਰਡਰ ਸਿਚੁਏਸ਼ਨ ਦੇ ਜਿਹੜੇ ਕਰੰਟ ਹਾਲਾਤ ਆ ਉਹ ਦੱਸਦੀ ਆ ਇਹ ਵੀਡੀਓ ਇੱਕ 10 ਸਾਲ ਦਾ ਬੱਚਾ ਰੋਂਦਾ ਹੋਇਆ ਇੱਕ ਸੁੰਨਸਣ ਵਰਾਂਥਾਂ ਤੋਂ ਮਿਲਿਆ ਉਹ ਆ ਕੇ ਆਪਣਾ ਦੁੱਖ ਦਰਦ ਸੁਣਾ ਰਿਹਾ ਕਿ ਮੇਰੇ ਨਾਲ ਕੀ ਵਾਪਰਿਆ ਇਹ 10 ਸਾਲਾਂ ਦੇ ਮੁੰਡੇ ਨੂੰ ਰੈਸਕਿਊ ਕੀਤਾ ਗਿਆ ਟੈਕਸਸ ਸਟੇਟ ਟ੍ਰੂਪਰਸ ਦੇ ਵੱਲੋਂ ਇਹ ਮੁੰਡਾ ਬਰਾਡਸਪ ਬੀ ਯੂ ਐਸ ਦਾ ਬਾਰਡਰ ਟੱਪ ਕੇ ਥੈਂਕਸ giving ਵਾਲੇ ਦਿਨ ਇਕੱਲਾ ਤੁਰਿਆ ਫਿਰਦਾ ਸੀ ਅਬੈਂਡੰਟ ਸੀਗਾ ਪੁਲਿਸ ਨੇ ਇਹਦੇ ਨਾਲ ਜਦੋਂ ਗੱਲਬਾਤ ਕੀਤੀ ਉਹਨਾਂ ਨੂੰ ਪਤਾ ਲੱਗਿਆ ਕਿ ਸਮਗਲਰਸ ਦੇ ਇੱਕ ਗਰੁੱਪ ਤੋਂ ਇਹ ਮੁੰਡਾ ਜਿਹੜਾ ਡੀਸੋਲੇਟ ਹੋ ਗਿਆ ਤੇ ਇਸ ਏਰੀਏ ਦੇ ਵਿੱਚ ਕਿਸੇ ਨਾ ਕਿਸੇ ਦੀ ਉਮੀਦ ਇਹਨੂੰ ਸੀਗੀ ਕਿ ਕੋਈ ਨਾ ਕੋਈ ਮੈਨੂੰ ਆ ਕੇ ਲੈ ਜਾਵੇ ਇਹਦੇ ਕੋਲੇ ਬਰਾੜ ਸਾਬ ਇੱਕੋ ਮੋਬਾਈਲ ਫੋਨ ਸੀਗਾ ਨਾ ਕੁਝ ਖਾਣ ਲਈ ਸੀਗਾ ਨਾ ਪੀਣ ਲਈ ਸੀਗਾ ਜੀ ਇਹ ਜਿਹੜਾ ਲਿਟਲ ਬੋਏ ਹੈ ਜੀ ਇਹ ਐਲ ਸੇਲਵਾਡੋਰ ਤੋਂ ਆਇਆ ਤੇ ਇਹ ਇਸ ਮੈਵਰਿਕ ਕਾਉਂਟੀ ਟੈਕਸਸ ਦੇ ਵਿੱਚ ਇਕੱਲਾ ਤੁਰਿਆ ਫਿਰਦਾ ਸੀਗਾ ਸਟੇਟ ਰੋਪਰਸ ਨੇ ਇਹਦੇ ਨਾਲ ਆ ਕੇ ਜਦੋਂ ਗੱਲਬਾਤ ਕੀਤੀ ਇਹ ਆਲਰੇਡੀ ਰੋਂਦਾ ਹੋਇਆ ਇਹਨਾਂ ਦੇ ਕੋਲੇ ਆਇਆ ਅਥਰੂਆ ਦੇ ਵਿੱਚ ਇਹ ਸ਼ੋਪਿੰਗ ਕਰ ਰਿਹਾ ਸੀਗਾ ਜਿਵੇਂ ਹੌਕੇ ਜੀ ਲੈਂਦੇ ਹੁੰਦੇ ਆ ਇਹਨੇ ਕਿਹਾ ਕਿ ਮੈਂ ਆਪਣੇ ਪੇਰੈਂਟਸ ਨੂੰ ਲੱਭਣ ਦੀ ਉਮੀਦ ਦੇ ਨਾਲ ਇੱਥੇ ਆਇਆ ਮੋਸਟ ਪ੍ਰੋਬਬਲੀ ਬ੍ਰਾਟ ਸਾਹਿਬ ਇਹਦੇ ਪੇਰੈਂਟਸ ਸ਼ਾਇਦ ਪਹਿਲਾਂ ਯੂ ਐਸ ਏ ਪਹੁੰਚੇ ਹੋਣਗੇ ਉਹ ਕਹਿੰਦਾ ਕਿ ਜਦੋਂ ਮੈਂ ਇੱਥੇ ਆਇਆ ਜਿਹੜੇ ਲੋਕ ਮੇਰੇ ਨਾਲ ਸੀਗੇ ਮੇਰੇ ਉਹ ਟਰਸਟਡ ਸੀਗੇ ਪਰ ਮੈਨੂੰ ਇੱਥੇ ਛੱਡ ਕੇ ਚਲੇ ਗਏ ਬਾਅਦ ਵਿੱਚ ਉਹਨਾਂ ਨੂੰ ਲੱਭਣ ਦਾ ਵੀ ਮੈਂ ਬਹੁਤ ਯਤਨ ਕੀਤਾ ਮੈਨੂੰ ਕਿਸੇ ਪਾਸੇ ਨਹੀਂ ਮਿਲੇ ਇਹਦੇ ਨਾਲ ਹੀ ਬ੍ਰਾਟ ਸਾਹਿਬ 2 ਦਿਨ ਪਹਿਲਾਂ ਵੀ ਇੱਕ ਸਿਮਿਲਰ ਵੀਡੀਓ ਵਾਇਰਲ ਹੋਈ ਸੀਗੀ ਉਹਦੇ ਵਿੱਚ ਦੋ ਬੇहद ਛੋਟੀਆਂ ਬੱਚੀਆਂ ਸੀਗੀਆਂ ਉਹਨਾਂ ਨੇ ਕਿਹਾ ਕਿ ਅਸੀਂ 60 ਅਨ ਅਕੰਪਨੀਡ ਜਿਹੜੇ ਚਿਲड्रन ਉਹਨਾਂ ਦੇ ਨਾਲੋਂ ਵੱਖਰੀਆਂ ਹੋਈਆਂ ਅਸੀਂ ਵੀ ਆਪਣੇ ਮਾਪਿਆਂ ਨੂੰ ਲੱਭਣ ਆਈਆਂ ਇਹ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਹੈ ਕਿ ਇਕੱਲੇ ਬੱਚੇ ਬਾਰਡਰ ਕਰਾਸ ਕਰਦੇ ਆ ਬੱਚ ਕਿਸੇ ਨੂੰ ਕਿਤੇ ਛੱਡ ਦਿੱਤਾ ਜਾਂਦਾ ਕਿਸੇ ਨੂੰ ਕਿਤੇ ਛੱਡ ਦਿੱਤਾ ਜਾਂਦਾ ਇਹਦੇ ਨਾਲ ਹੋਰ ਵੀ ਜਿਆਦਾ ਸਿਚੁਏਸ਼ਨ ਜਿਹੜੀ ਕੰਸਰਨਿੰਗ ਹੋਈ ਹੈ ਆਪਾਂ ਕੱਲ ਵੀ ਗੱਲਬਾਤ ਕੀਤੀ ਸੀਗੀ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ 320000 ਤੋਂ ਪਲੱਸ ਜਿਹੜੇ ਮਾਈਗ੍ਰੈਂਟ ਕਿਡਸ ਆ ਉਹ ਯੂਐਸ ਪਹੁੰਚੇ ਤਾਂ ਹੈਗੇ ਆ ਬਾਅਦ ਵਿੱਚ ਕਿੱਥੇ ਗਏ ਆ ਆਪਣੇ ਮਾਪਿਓ ਨੂੰ ਮਿਲੇ ਆ ਜਾਂ ਕਿਤੇ ਹੋਰ ਚਲੇ ਗਏ ਉਹ ਕਿਸੇ ਨੂੰ ਪਤਾ ਨਹੀਂ ਲੱਗਿਆ ਉਹਦੇ ਬਾਰੇ ਜਿਹੜੇ ਹੁਣ ਬਾਰਡਰ ਸੀਜ਼ਰ ਆ ਉਹਨਾਂ ਨੇ ਵੀ ਮੁੱਦਾ ਚੱਕਿਆ ਸੀ ਕਿ ਗਲਤ ਇਹਨਾਂ ਨੂੰ ਧੰਦਿਆਂ ਦੇ ਵਿੱਚ ਲਾਇਆ ਜਾ ਸਕਦਾ ਹੈ ਵਾਕੀ ਇਹ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਇਹ ਬਹੁਤ ਜਿਆਦਾ ਸਿਚੁਏਸ਼ਨ ਦੇ ਬਾਰੇ ਇਸ ਮਾੜੀ ਸਿਚੁਏਸ਼ਨ ਦੇ ਬਾਰੇ ਦੱਸਦੀਆਂ ਨੇ ਇਹਦੇ ਵਿੱਚ ਬਰਾਟਸਾਪ ਇੱਕ ਵਿਸਲ ਬਲੋਅਰ ਹੈਗੇ ਆ ਤਾਰਾ ਲੀ ਅਰੋੜਾਸ ਉਹ ਐਚ ਐਚ ਐਸ ਪ੍ਰੋਗਰਾਮ ਅੰਡਰ ਕੰਮ ਕਰ ਕਰਦੇ ਆ ਉਹ ਕਹਿੰਦੇ ਜਿਹੜੀ ਸਾਡਾ ਸਿਸਟਮ ਹੈ ਕਿ ਜਦੋਂ ਬੱਚਾ ਕਿਸੇ ਕੈਂਪ ਦੇ ਵਿੱਚ ਹੁੰਦਾ ਹੈ ਬੱਚੇ ਦੇ ਹੱਥ ਦੇ ਵਿੱਚ ਇੱਕ ਪਰਚੀ ਹੁੰਦੀ ਹੈ ਉਹਦੇ ਉੱਤੇ ਕਿ ਨੰਬਰ ਲਿਖਿਆ ਹੁੰਦਾ ਹੈ ਇੱਕ ਐਡਰੈਸ ਲਿਖਿਆ ਹੁੰਦਾ ਹੈ ਤੇ ਅਸੀਂ ਬੱਚੇ ਨੂੰ ਤੋਰ ਦਿੰਨੇ ਆ ਅਸੀਂ ਕਦੇ ਵੀ ਕ੍ਰਾਸ ਵੈਰੀਫਾਈ ਨਹੀਂ ਕਰਦੇ ਕਿ ਬੱਚਾ ਕਿਹਦੇ ਕੋਲੇ ਚੱਲਿਆ ਕੋਈ ਐਸਾ ਗਰੂਪ ਤਾਂ ਨਹੀਂ ਜਿਹੜਾ ਇਹਨਾਂ ਤੋਂ ਕੱਲ ਨੂੰ ਮਾੜੇ ਕੰਮ ਕਰਾਊਗਾ ਕੋਈ ਡਰੱਗ ਕਾਰਟਲ ਉਹ ਇਹਨਾਂ ਤੋਂ ਗਲਤ ਕੰਮ ਲੈ ਸਕਦਾ ਜਾਂ ਕੋਈ ਫੋਰਸਡ ਲੇਬਰ ਕਰਵਾਈ ਜਾ ਸਕਦੀ ਹੈ ਨਾ ਸੈਕਸ ਟ੍ਰੈਫਿਕਿੰਗ ਕਰਵਾਈ ਜਾ ਸਕਦੀ ਹੈ ਉਹ ਕਹਿੰਦੇ ਸਾਡੇ ਕੋਲੇ ਕਰਾਸ ਵੈਰੀਫਿਕੇਸ਼ਨ ਦਾ ਟਾਈਮ ਹੀ ਨਹੀਂ ਹੈਗਾ ਇਹ ਸਿਸਟਮ ਦੇ ਵਿੱਚ ਵੀ ਕਹਿੰਦੇ ਤਰਟੀਆਂ ਹੈਗੀਆਂ ਨੇ ਦੂਰ ਕਰਨ ਦੀ ਜ਼ਰੂਰਤ ਹੈ ਇੱਥੇ ਬੱਚੇ ਆਉਂਦੇ ਆ ਇੱਕ ਪਰਚੀ ਦੇ ਸਾਰੇ ਬੱਚਿਆਂ ਨੂੰ ਛੱਡ ਦਿੱਤਾ ਜਾਂਦਾ ਉਹ ਜਿੱਥੇ ਮਰਜ਼ੀ ਜਾਣ ਜਿੱਥੇ ਮਰਜ਼ੀ ਰਹਿਣ ਇਹ ਪਰਚੀ ਕਿਹੜੀ ਹੈ ਜਿਹੜੀ ਪਰਚੀ ਤਾਂ ਨਹੀਂ ਮੈਨੂੰ ਸਮਝ ਆਈ ਕਿਹੜੀ ਪਰਚੀ ਬਰਦਰ ਸਾਬ ਬੱਚੇ ਜਦੋਂ ਬਾਰਡਰ ਕਰਾਸ ਕਰਦੇ ਆ ਜੀ ਉਹਨਾਂ ਦੀ ਜੇਬ ਦੇ ਵਿੱਚ ਇੱਕ ਪਰਚੀ ਪਾਈ ਹੁੰਦੀ ਆ ਉਹਦੇ ਵਿੱਚ ਕਿਸੇ ਵੀ ਇੱਕ ਸਿਟੀ ਦਾ ਨਾਮ ਲਿਖਿਆ ਹੁੰਦਾ ਸਿਟੀ ਦਾ ਐਡਰੈਸ ਦਿੱਤਾ ਹੁੰਦਾ ਕਿ ਬੱਚੇ ਨੂੰ ਉੱਥੇ ਭੇਜ ਦਿੱਤਾ ਜਾਵੇ ਇੱਕ ਨਾਲ ਕੰਟੈਕਟ ਨੰਬਰ ਦਿੱਤਾ ਹੁੰਦਾ ਕੋਈ ਵੀ ਆ ਕੇ ਇਹ ਕਲੇਮ ਕਰਦਾ ਕਿ ਮੈਂ ਬੱਚੇ ਦਾ ਸਪਾਂਸਰ ਹਾਂ ਮੈਂ ਬੱਚੇ ਨੂੰ ਸੰਭਲ ਲੂੰਗਾ ਤੇ ਬਿਨਾਂ ਕੋਈ ਕਰਾਸ ਵੈਰੀਫਿਕੇਸ਼ਨ ਦੇ ਕਿ ਬੱਚੇ ਨਾਲ ਇਹਦਾ ਕੀ ਨਾਤਾ ਆ ਕੋਈ ਡੀਐਨਏ ਤਾਂ ਨਹੀਂ ਹੁੰਦਾ ਜੇ ਕੋਈ ਇਹ ਵੀ ਆ ਕੇ ਕਹਿ ਦਿੰਦਾ ਜੀ ਮੈਂ ਯੂਐਸ ਦੇ ਵਿੱਚ ਹੀ ਪੱਕਾ ਰਹਿਣਾ ਤੇ ਇਹ ਬੱਚਾ ਮੇਰਾ ਬੱਚਾ ਹੈ ਕੋਈ ਕਹਿੰਦੇ ਕਿ ਵੈਰੀਫਿਕੇਸ਼ਨ ਦਾ ਸਿਸਟਮ ਨਹੀਂ ਹੈਗਾ ਬਿਲਕੁਲ ਜੀ ਫਿਰ ਤਾਂ ਕੋਈ ਵੀ ਆ ਕੇ ਬਾਅਦ ਚ ਬੱਚੇ ਨੂੰ ਬੱਚਾ ਪਤਾ ਕੀ ਹੁੰਦਾ ਬੱਚੇ ਇੱਕ ਇਹੋ ਜੀ ਜੜ ਹੁੰਦੀ ਹੈ ਜਿਹਨੂੰ ਪਹਿਲਾਂ ਕੁਝ ਵੀ ਨਹੀਂ ਪਤਾ ਬਾਅਦ ਚ 10 ਸਾਲਾਂ ਦੇ ਵਿੱਚ ਇਹੋ ਜਾਂ ਕੋਈ ਤਿਆਰ ਕੀਤਾ ਜਾਵੇ ਇਹੋ ਜੇ ਕਮਰੇ ਦੇ ਵਿੱਚ ਰੱਖ ਕੇ ਤੇ ਬਾਅਦ ਚ ਕਿਤੇ ਯੂਐਸਏ ਦੇ ਵਿਰੋਧੀ ਬਗਾਵਤ ਕਰਦੇ ਜਾਂ ਆਪਣਾ ਤਾਂ ਪਤਾ ਵੀ ਹੈ ਯੂਐਸਏ ਦੀ ਬਣਦੀ ਕਿਸੇ ਕੰਟਰੀ ਦੇ ਨਾਲ ਨਹੀਂ ਹੈਗੀ ਤੇ ਫਿਰ ਇਹ ਜਿਹੜੀਆਂ ਚੀਜ਼ਾਂ ਦੀ ਤਾਂ ਰੋਕਥਾਮ ਹੋਣੀ ਚਾਹੀਦੀ ਹੈ ਪਹਿਲੇ ਨੰਬਰ ਤੇ ਦੇਖਣਾ ਚਾਹੀਦਾ ਵੈਸੀ ਲੋਕ ਇਹਨਾਂ ਨੂੰ ਇਹਨਾਂ ਚੀਜ਼ਾਂ ਤੇ ਸੁਰੱਖਿਆ ਤੇ ਦੇਖਣਾ ਚਾਹੀਦਾ ਵੀ ਜਿਹੜਾ 10 ਸਾਲਾਂ ਬਾਅਦ ਨੁਕਸਾਨ ਕਰ ਸਕਦੇ ਹੈ ਜਾਂ 20 ਸਾਲਾਂ ਬਾਅਦ ਕਰ ਸਕਦੇ ਬਿਲਕੁਲ ਵਟਸਐਪ ਜਿਹੜੀ ਗੱਲ ਤੁਸੀਂ ਕਹੀ ਕਿ ਬੱਚਾ ਬਿਲਕੁਲ ਇੱਕ ਕੋਰਾ ਕਾਗਜ਼ ਹੈ ਉਹਦੇ ਉੱਤੇ ਚੰਗਾ ਲਿਖਣਾ ਚੰਗਾ ਲਿਖਿਆ ਜਾ ਸਕਦਾ ਮਾੜਾ ਲਿਖਣਾ ਮਾੜਾ ਲਿਖਿਆ ਜਾ ਸਕਦਾ ਸੋ ਇਹ ਚੀਜ਼ਾਂ ਦੇ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਹੈ ਜਿਸ ਤਰੀਕੇ ਨਾਲ ਹੁਣ ਇਹ ਖਬਰਾਂ ਆ ਰਹੀਆਂ ਬੜੀ ਸਾਫ਼ ਜੀ ਗੱਲ ਹੈ ਕਿ ਜਿਹੜੀ ਸਭ ਤੋਂ ਪਹਿਲੇ ਸਟੈਪ ਚੱਕਣਗੇ ਡੋਨਲਡ 트ੰਪ ਹੋਰੀ ਉਹਨਾਂ ਦੇ ਵਿੱਚ ਹੀ ਚੀਜ਼ਾਂ ਵੀ ਧਿਆਨ ਰੱਖੀਆਂ ਜਾਣਗੀਆਂ ਵੈਸੇ ਰਿਪੋਰਟਸ ਆ ਰਹੀ ਹੈ ਕਿ ਇਹ ਜਿਹੜਾ ਕੋਈ ਵੀ ਆ ਕੇ ਕਲੇਮ ਕਰ ਲੈਂਦਾ ਕਿ ਮੈਂ ਇਸ ਬੱਚੇ ਦਾ ਸਪਾਂਸਰ ਹਾਂ ਇਹ ਜਿਹੜੀ ਪ੍ਰੋਕੀਆ ਹੈ ਇਹ ਪ੍ਰੋਸੈਸ ਇਹ ਬੰਦ ਹੋਣ ਜਾ ਰਿਹਾ ਹੈ ਜਾਂ ਇਹਨੂੰ ਬਹੁਤ ਜ਼ਿਆਦਾ ਕੰਪਲੈਕਸ ਕਰ ਦਿੱਤਾ ਜਾਊਗਾ